ਦੇ ਘਰ ਤੱਕ ਇੱਕ ਮਿੰਟ ਢਿੱਲਾ ਸਾਧ ਸਨੀ ਹਜ਼ਲਾ ਨਾਲ ਫਾਦੋ ਕੈਪਟਨ ਉਸਾਮਾ ਔਰ ਪੀਛੇ ਪਤਾ ਨੀ ਕੌਣ ਹੈ ਯੇ ਫੇਸ ਚ ਮਾ ਰਹੇ ਯੇ ਤੋ ਗੋਂਦਲ ਕਿਧਰ ਹੈ ਯੇ ਤੀਨ ਮੁੱਖੇ ਵਾੜੀ ਕੀ ਪੱਡਲ ਪੁੱਖ ਡਾਡਰ ਪੁੱਖ ਜੈਨ ਪੁੱਖ ਮੈਂ ਸੁਣੀ ਬੋਲਣ ਪੇਸਰ ਸੁਨੀ ਪੇਸਰ ਸਭ ਤੋਂ ਜ਼ਿਆਦਾ ਪੇਸਰ ਸੁਨੀ ਜੀ ਦੇ ਪੈਟਰੋਲ ਡਲਵਾ ਦੇ 200 ਕੋਕਾ ਆਕਮ ਨਵਾਬ ਪਲੱਸ ਕੈਪਟਨ ਅਮਰ ਹੈ ਜੇ ਬਾਈ ਸਮਾਨ ਸਾਨੂੰ ਲੈ ਜਾਂਦਾ ਸੁਬਹਾ 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 ਸਾਨੂੰ ਜਗਾਇਆ ਵੇ ਸਾਨੂੰ ਸੌਣ ਵੀ ਨੀ ਦਿੰਦੇ ਬਾਈ ਸਾਮਾ ਅੱਛਾ ਬਾਈ ਸਮਾਨ ਸਾਹਿਬ ਮਾਫ਼ੀ ਦੇ ਦਿਓ ਤੀਸਰੀ ਜਗ੍ਹਾ ਫੜ ਲਈਏ ਭਾਈ ਸਮਾਨ ਉਹ ਵੇਖੋ ਜੀ ਆਖੀ ਨਵਾਬ ਅੱਕ ਵੱਡੀ ਨਵਾਬ ਸਾਥ ਮੈਂ ਗੋਂਦਲ ਪੇਸਰ ਮੇਰੇ ਨਾਲ ਜਿੰਨੀ ਪੇਸਰ ਹੈ ਉਹ ਬੜੀ ਪਿੱਛੇ ਰਹਿ ਗਿਆ ਪਿੱਛੇ ਰਹਿ ਗਿਆ ਢਿੱਲੇ ਹੋਣੇ ਉਹ ਕਿਤੇ ਹੋਰ ਨੀ ਗੱਲੀਆਂ ਨੀ ਢਿੱਲੇ ਹੋਣੇ ਉਹਦਾ ਸਜਾਈ ਨੀ ਵੇਖਿਆ ਨਾ ਪਿੱਛੇ ਵੇਖੋ ਹਲੇ ਪਹੁੰਚੇ ਵੀ ਨੀ ਤੇ ਪਿਆਸ ਲੱਗ ਗਈ ਬਈ ਸਮਾਨ ਨੂੰ ਮਾਫ਼ੀ ਦੇ ਮੋਟਰਸਾਈਕਲਾਂ ਦੇ ਆਏ ਸਪੈਸ਼ਲ ਤੇ ਆਏ ਤੁਸੀਂ ਖੋਤਾ ਰੇੜਾ ਗੱਲਾਂ ਦੇ ਬਾਈ ਸਾਮਾ ਫਿਰ ਕੈਪਟਨ ਦਰਾਲੀ ਦਰਾਲੀ ਡਰਾਈਵਰੀ ਕਰਦੇ ਤੁਸੀਂ ਪਹੁੰਚ ਜਾਣਾ ਸੀ ਲੱਭੀ ਲੋ ਬਾਣੀ ਦੂਸਰਾ ਵੀ ਲਾ ਲੋ ਫਿਰ ਇੱਧਰ ਪਿਆ ਦੋ ਹਾਈਟ ਲਾ ਪੇ ਐਂ ਡੇੜਿਆਂ ਚ ਕ੍ਰਾਸ ਕਰਕੇ ਆਏ ਆ ਖਾਲੀ ਹੋਣੀ ਗਰਾਊਂਡ ਇਸ ਟਾਈਮ ਕ੍ਰਿਕਟ ਖੇਲਣ ਆਏ ਭੈਣ ਸਾਰੇ ਪਲੇਅਰ ਉਹ ਗਿਟਾਰਾ ਖਿਲਰ ਜਾਣੀ ਸੁਨੀ ਕਿੱਥੇ ਰਹਿ ਗਿਆ ਬਾਈ ਸਮਾਨ ਵਾਲੇ ਵੇਖੋ ਜੀ ਜਿਵੇਂ ਪੈਰੀ ਦਾ ਕਬਜ਼ਾ ਲੈਣਾ ਇਹਦੇ ਆਰਾਮ ਨਾਲ ਲੈ ਕੇ ਬਾਈ ਸਮਾਂ ਇੰਨੀ ਵਾਪ ਇਹ ਕਿੱਦਾਂ ਨੂੰ ਘੁੱਟ ਕੇ ਜਾਣਾ ਜਿਹਾ ਵੇਖੋ ਜੀ ਅੱਜ ਪਿੱਛੇ ਕਿੰਨੀ ਦੂਰ ਆਏ ਆ ਜੀ ਪਿੱਛੇ ਕੀ ਹੈਗੀ ਯਾਰ
ਇੱਥੇ ਮੈਂ ਫਾਸਟ ਨਹੀਂ ਬੋਲਣੀ ਹੈਗੀ ਯਾਰ। ਜੁੰਗਲਾ ਬਣਾ ਲਈ ਦੇ ਤੁਸੀਂ ਵੀਡੀਓ ਉਹ ਯਾਰ ਤੇ ਹੀ ਭੁੱਖ ਲੱਗ ਗਈ ਬਾਈ ਸਮਾਨ ਕੋ ਬਾਈ ਸਮਾਨ ਕਹਤੇ ਮੈਨੂੰ ਨਾਸ਼ਤਾ ਕਰਵਾ ਲਾ ਏਡੇ ਰਹਿ ਜੋ ਨਾਸ਼ਤਾ ਕਰਵਾ ਲਿਆ ਜੀ ਬਾਈ ਸਮਾਨ ਨੂੰ ਤਰਲਾ ਤੁਰਲਾ ਪਾ ਜੀ ਤਲਾ ਭੱਟੀ ਆਂਦੇ ਜੀ ਪਿਛਲਾ ਮਾਇਨਾ ਕਰਦੇ ਪੈਣਾ ਮੋਇਨ ਅਲੀ ਤਲਾ ਉਰਫ ਮੋਇਨ ਅਲੀ ਹੈ ਕੱਚਾ ਪੀ ਕਿੰਨੇ ਨਾ ਤਲਾ ਭਾਈ ਸਤਾਈ ਆਪਣੇ ਫੁੱਲ ਵੱਡੇ ਕਦਮ ਹੀ ਤੇ ਹਜ਼ਾਰ ਛੋਟੇ ਹੋਣਗੇ ਤੇ ਉਹਨਾਂ ਦੇ ਟੀਮ ਦੇ ਸਿਰਫ ਪੰਜ ਪਲੇਅਰ ਨੇ ਤੇ ਬਾਈ ਦੀ ਕਰੋ ਛੋਟੀ ਹੈ ਵਿਕਟ ਕਰੋ ਬਾਈ ਸਾਮਾ ਜੀ ਕਿਆ ਕਰ ਦਿਆ ਕੈਪਟਨ ਸਾਮਾ ਪ੍ਰੈਕਟਿਸ ਕਰਦੇ ਹੋਏ ਤੂੰ ਮੂੰਹ ਡਾਣਾ ਹੀ ਠੱਲੂ ਦਾ ਕਿਆ ਕਹਿ ਦਿਆ ਬਾਈ ਸਾਮਾ ਗਿਆ ਗਿਆ ਮੈਂ ਇੰਦੀ ਸ੍ਰੀ ਬੋਂਸਲਾ ਮਾਰ ਡਰਾਉਣਾ ਉਹਨੇ ਕਹਿਣਾ ਇਹਨੂੰ ਨੀ ਖਿਲਾਣਾ ਸੀ ਬੱਚੇ ਬਾਹਰ ਕੱਢ ਦੋ ਉਹਨੇ ਕਹਿਣਾ ਇਹਨੂੰ ਬਾਹਰ ਕਿੱਦਾਂ ਹੀ ਗੱਲਾਂ ਕੋਰੋਨਾ ਪਲੇਅਰ ਹੋੜ ਆਇਆ ਜੀ ਉਹਨੂੰ ਜਾ ਗਈ ਤੇ ਚਾਰ ਆਇਆ ਖਲੋਤੇ ਦੇ ਗੰਦਾ ਬ੍ਰਾਂਡ ਪੰਜ ਪਲੇਅਰ ਇਹਨਾਂ ਦੇ ਤੇ 500 ਪਲੇਅਰ ਅਸੀਂ ਸੰਗਤਰੇ ਚ ਲੈਂਦਾ ਪਿਸ਼ਾਬ ਆਗਦਾ ਲੱਗਦਾ ਚਿਮਟੀ ਲਿਆਂਦੀ ਦੀ ਆ ਕੱਢਣ ਦੀ ਮੈਂ ਚਿਮਟੀ ਆ ਕੱਢਣ ਵਾਲੀ ਦੇ ਅੰਦਰ ਕੀੜਾ ਟਿਪ ਕੀਤਾ ਚੋਕਾ ਨਹੀਂ ਹੋਇਆ ਚੋਕਾ ਢਿੱਲੇ ਲਵੇ ਕਿਹੜਾ ਵੱਡਾ ਪਲੇਅਰ ਸਾਲਾ ਇੱਥੇ ਬੱਲਾ ਭੈਣ ਭੀਜੀ ਭੱਟੀ ਬੱਲੇ ਥੱਲੇ ਆਈ ਜਾਂਗਾ ਵੀ ਪਿਛਕਾਰੀ ਨੀ ਗੱਲਾਂ ਨੀ ਤੇਰੀ ਨਾ ਨਾ ਕੋਈ ਚੱਕਰ ਨੀ ਬੱਲੇ ਮੈਂ ਵੀ ਖੇਲਾਂਗਾ ਬਈ ਆਖਮ ਭੈਣ ਦੀ ਭੁੱਖਾ ਜਾ ਖੁਜਾ ਜਾ ਮਾਰੀ ਹੈ ਟਰੈਕਟਰ ਸੋਤੇ ਹੋਏ ਇਹਨੂੰ ਵੱਖਰੀ ਭੁੱਖ ਹੈ ਕੀੜਾ ਵਾ ਭੁੱਖ ਨੀ ਕੀੜਾ ਪਲੈਨਿੰਗ ਹੋਤੇ ਹੋਏ
ਕਰ ਰਹੇ ਕੋਈ ਮਸ਼ਵਰਾ ਦੋ ਟੀਮ ਨੂੰ ਯੂਟਿਊਬਰ ਸਾਹਿਬ ਸਾਡੀ ਬਸ ਮਾਰ ਕਹਿੰਦੇ ਯੂਟਿਊਬ ਛੱਡਣ ਦਾ ਕਿਲੋ ਮੈਂ ਵਾੜੀ ਦੀ ਓਪਨ ਰੋਜ਼ ਅੱਗੇ ਘੰਟਾ ਹੋਇਆ ਫੀਲਡਾਂ ਇਹਨਾਂ ਦੀ ਸੈੱਟ ਹੋਣ ਦੀ ਉਹਨਾਂ ਦੀ ਓਪਨ ਵੀ ਆ ਗਈ ਮਤਲਬ ਮੈਂ ਇੱਥੇ ਠੀਕ ਹੈ ਸਾਲਿਆਂ ਨੀ ਇੱਧਰ ਨੂੰ ਵਿੱਚ ਵਾਰੇ ਉਹ ਇਹਨਾਂ ਨੂੰ ਪੁੱਛ ਲਓ ਗੋਟ ਫੁੱਲ ਤੇਜ਼ ਨਹੀਂ ਹੋਇਆ ਸੁਪਿੰਦ ਦਾ ਬਈ ਨਹੀਂ ਕਰਨਾ ਅੱਗੇ ਰਹੇ ਹਾਂ ਬਾਈ ਸਮਾਨ ਕੀ ਗੱਲ ਹੈ ਤੈਨੂੰ ਸਿੰਗਲ ਤੇ ਹੁੰਦੀ ਪਈ ਫਾਇਦਾ ਕੀ ਤੈਨੂੰ ਖਿਲਾੜਾਂ ਦਾ ਸਿੰਗਲ ਤੇ ਭੁੱਕਾ ਕੱਟੀਆਂ ਹੋਈ ਮੈਂ ਵੀ ਹੁਣ ਤੇਰਾ ਨਾ ਪਾਰਨ ਸਪੀਡੋ ਤੇਰਾ ਫਿਰ ਤੂੰ ਵੀ ਤਰਫ ਦਾ ਰਹਿਣਾ ਉਹ ਗਰੁੱਪ ਜੋ ਵੇਖ ਤਰਫ ਦਾ ਸਪੀਡੋ ਪੂਰਾ ਕੌਣ ਗੱਲ ਸਹੀ ਹੈ ਤੁਸੀਂ ਉਹ ਮਾਫੀ ਦੇ ਦੋ ਸਾਨੂੰ ਲੱਗਾ ਦੋ ਹੱਥ ਵੇਚ 40 ਵੀ ਨੀ ਹੋਣਾ ਇਹਨੂੰ ਕੁੱਟੋ ਸਾਲੇ ਨੂੰ ਝੁੱਲ ਪਾ ਗਏ ਰੋਲਾ ਪਾਣਾ ਤੂੰ ਬਾਬਾ ਸੀਰ ਭਲਾਈ ਦੀ ਜਿਹੜੀ ਪੀਚੂ ਭੱਟੀ ਬਾਈ ਸਮਾਨ ਵੇਖ ਲੋ ਕੀ ਕਹਿੰਦੇ ਮੇਰਾ ਨਾਚ ਰਹੀ ਦੂਸਰੇ ਮੈਚ ਦੀ ਓਪਨਰ ਕੈਪਟਨ ਅਮਰ ਔਰ ਆਕਬ ਨਵਾਬ ਬਾਈ ਸਾਜੀ ਪਿੱਛੇ ਵਾਰੀ ਦੀ ਭੁੱਖ ਬਿਠਾਈ ਵੀ ਜੇ ਕਰ ਲਿਆ ਦੂਸਰਾ ਨਾ ਆ ਜਾ ਵਿਚੂ ਮੇਰਾ 8 ਸਕੋਰ ਆ ਦੋ ਬਾਲਾਂ ਜੱਟ ਸਾਰੇ ਸਟ੍ਰਾਈਕ ਰੇਟ 7 ਬਟ ਗਿਆ ਦੂਸਰਾ ਮੈਚ ਵੀ ਜਿੱਤ ਗਿਆ ਮਾਂ ਕੀ ਦੁਆ ਸੇ ਚਲੀ ਹੁਣ ਵਤਨਾਂ ਨੂੰ ਕਿਉਂ ਉਮਰ ਸਾਹਿਬ ਇਹ ਦੱਸ ਕੇ ਲੈਂਦੀ ਕਿ ਨਹੀਂ ਦੋ ਦੋ ਮੈਚ ਜਿੱਤ ਗਏ ਜੀ ਅੱਜ ਬਹੁਤ ਖੁਸ਼ੀ ਆ ਬਹੁਤ ਪਿਆਸਾ ਹੀ ਆ ਹੁਣ ਚਲੀ ਗਏ ਵਧਣਾ ਪਿੰਡ ਜਾ ਕੇ ਸੱਦੂ ਦਾਤਾ ਸੱਦਾਤੇ ਕਾ ਓ ਮਾਈ ਗਾਡ ਟੂਰਨਾਮੈਂਟ ਮੇਂ ਹਿੱਸਾ ਲੇਂਗੇ ਤਵਾਰ ਕੋ ਇਨਸ਼ਾ ਅੱਲਾਹ ਯੇ ਸੱਦਾਤਾ ਚੈੱਕ ਕਰੋ ਜੀ ਪਿੰਡ ਦੀ ਗਲੀਆਂ ਸੱਦਾਤੇ ਦੀਆਂ ਤੁਹਾਨੂੰ ਅੱਜ ਬਹੁਤ ਖੁਸ਼ੀ ਖਾਣੇ
ਇਹਦਾ ਬਣਾਓ ਵੀਡੀਓ ਬਣੋ ਕੀ ਹੋਵੇ ਇੱਥੇ ਬਾਹਰ ਰੱਖੋ ਹਾਂਜੀ ਇਸ ਤਰ੍ਹਾਂ ਬਾਹਰ ਰੱਖੋ ਤੇਰੇ ਲਈ ਮੇਰੀ ਬਲੂਨ ਬ੍ਰੈਡ ਮਾਫੀ ਦੇ ਯਾਰ ਸਾਲਾਂ ਨੂੰ ਪਤਾ ਨਹੀਂ ਲੱਗਦਾ ਉਹਨਾਂ ਨੇ ਵੇਚਣੀ ਨਹੀਂ ਮੰਨਿਆ ਕਿਸਕਾ ਗਾੜੀ ਕਿਆ ਕਹਿ ਦਿਆ ਬੰਦ ਕਰ ਦੇ ਮਾਰਨਾ ਪਾਈ ਹੁਣ ਬਸ ਸਭ ਕਿਸੇ